ਕਿੱਦਾਂ ਕੀ ਹਾਲ ਚਾਲ ਸਾਰਿਆਂ ਦਾ? ਅਤੇ ਅੱਜ ਗੱਲ ਕਰਦੇ ਹਾਂ ਲੋਂਗ ਟਰਮ ਇਨਵੈਸਟਰ ਦੀ ਅਤੇ ਸ਼ੋਰਟ ਟਰਮ ਇਨਵੈਸਟਰ ਦੀ ਰੀਅਲ ਸਟੇਟ ਦੇ ਵਿੱਚ। ਅਤੇ ਮੈਂ ਖੁਦ ਰੀਅਲ ਸਟੇਟ ਦੇ ਵਿੱਚ ਲੋਂਗ ਟਰਮ ਇਨਵੈਸਟਰ ਹਾਂ। ਲੋਂਗ ਟਰਮ ਇਨਵੈਸਟਰ ਹੁੰਦਾ ਆ ਕਿ ਜਿਸ ਨੇ ਪ੍ਰੋਪਰਟੀ ਨੂੰ ਬਾਏ ਕਰਕੇ ਐਕਸਟੈਂਡਡ ਪੀਰੀਅਡ ਤੱਕ ਉਹਨੂੰ ਹੋਲਡ ਕਰਨਾ ਆ, 5 ਈਅਰ 10 ਈਅਰਸ ਤੱਕ। ਅਤੇ ਦੂਸਰੇ ਪਾਸੇ ਜਿਹੜਾ ਸ਼ੋਰਟ ਟਰਮ ਇਨਵੈਸਟਰ ਹੁੰਦਾ ਆ, ਉਹਨੇ ਮਤਲਬ ਪ੍ਰੋਪਰਟੀ ਨੂੰ ਜਲਦੀ ਲੈ ਕੇ ਵੇਚਣਾ ਹੁੰਦਾ, ਵਿਦਇਨ 3 ਮੰਥ 6 ਮੰਥ ਜਾਂ 1 ਈਅਰ ਮੈਕਸੀਮਮ ਨਾ। ਅਤੇ ਉਹਨੇ ਪ੍ਰੋਪਰਟੀ ਦੇ ਵਿੱਚ ਮਤਲਬ ਕਹਿ ਲਓ ਕੋਈ ਪ੍ਰੋਫਿਟ ਕੱਢਣਾ ਹੁੰਦਾ। ਜੇ ਪ੍ਰੋਪਰਟੀ ਬਾਏ ਕੀਤੀ ਆ $8 ਲੱਖ ਦੀ, ਤਾਂ ਉਹਦਾ ਮੋਟਿਵ ਹੁੰਦਾ ਕਿ ਮੈਂ $9 ਲੱਖ ਜਾਂ $1 ਮਿਲੀਅਨ ਤੱਕ ਜਲਦੀ ਮਤਲਬ ਪ੍ਰੋਫਿਟ ਲੈ ਕੇ ਪ੍ਰੋਪਰਟੀ ਨੂੰ ਦੁਬਾਰਾ ਰੀਸੈਲ ਕਰ ਦੇਵਾਂ। ਅਤੇ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ 2015 ਤੋਂ ਲੈ ਕੇ 2020 ਤੱਕ ਤਾਂ ਹਰ ਸਾਲ ਕਿ ਮਤਲਬ ਤੁਸੀਂ ਚੈੱਕ ਵੀ ਕਰ ਲਓ ਨਿਊਜ਼ ਪੁਰਾਣੀਆਂ ਕੱਢ ਕੇ ਕਿ ਮਤਲਬ ਹਰ ਸਾਲ $1 ਲੱਖ ਐਵਰੇਜ ਵੱਧ ਰਹੀ ਸੀਗੀ ਪ੍ਰੋਪਰਟੀ ਦਾ ਪ੍ਰਾਈਜ਼। ਅਤੇ ਤਾਂ ਕਰਕੇ ਵੀ ਜਿਹੜਾ ਲੋਕਾਂ ਨੂੰ ਉਸ ਟਾਈਮ ਪ੍ਰੋਫਿਟ ਹੋਇਆ, ਅਤੇ ਉਹਨਾਂ ਨੇ ਇਸ ਤੋਂ ਵੀ ਜ਼ਿਆਦਾ ਪਿਛਲੇ, ਕਿਉਂਕਿ 2.5-3 ਸਾਲ ਤੋਂ ਪ੍ਰੋਪਰਟੀ ਦੇ ਜਦੋਂ ਹਾਈ ਇੰਟਰਸਟ ਰੇਟ ਹੋ ਗਏ, ਪ੍ਰੋਪਰਟੀ ਦੀ ਵੈਲਿਊਏਸ਼ਨ ਨਹੀਂ ਵਧੀਆ, ਅਤੇ ਮਤਲਬ ਉੱਪਰ ਨਹੀਂ ਗਈਆਂ, ਮਤਲਬ ਥੱਲੇ ਹੀ ਗਈਆਂ ਉਲਟਾ ਨਾ, ਅਤੇ ਉਹਨਾਂ ਨੂੰ ਕਾਫੀ ਘਾਟਾ ਪਿਆ। ਕਿਉਂਕਿ ਜਿਹੜੀ ਪ੍ਰੋਪਰਟੀ ਨੂੰ ਹੋਲਡ ਕਰਨ ਦੀ ਵੀ ਕੋਸਟ ਹੁੰਦੀ ਆ, ਕਿਉਂਕਿ ਪ੍ਰੋਪਰਟੀ ਦੀ ਰੇਟਸ, ਇੰਸ਼ੋਰੈਂਸ, ਮੋਗਜ ਪੇਮੈਂਟ ਆ, ਇਹ ਸਾਰਾ ਖਰਚਾ ਹੁੰਦਾ ਹੈ ਕਿ ਜਿਹੜੀ ਪ੍ਰੋਪਰਟੀ, ਜੇ ਹੁਣ ਪ੍ਰੋਪਰਟੀ ਦੀ ਕਹਿ ਲਓ ਕਿ ਮੋਗਜ ਪੇਮੈਂਟ, ਇੰਸ਼ੋਰੈਂਸ, ਇਹ ਸਾਰਾ ਖਰਚਾ ਪਾ ਕੇ ਤੁਹਾਡਾ ਮਤਲਬ ਵੀਕ ਦਾ ਕਹਿ ਲਓ ਕਿ $12-1300 ਚੱਲ ਰਿਹਾ ਆ, ਅਤੇ ਰੈਂਟ ਤੁਹਾਨੂੰ $800 ਮਿਲ ਰਿਹਾ ਆ, ਤਾਂ ਉਹ ਜਿਹੜਾ $400 ਘਾਟਾ ਪੈ ਰਿਹਾ ਆ ਐਵਰੇਜ, ਮਤਲਬ ਇਹ ਹੋਲਡਿੰਗ ਕੋਸਟ ਹੁੰਦੀ ਆ ਕਿ ਉਹ ਇਨਵੈਸਟਰ ਜਿਹੜੇ ਸ਼ੋਰਟ ਟਰਮ ਸੀਗੇ ਉਹਨਾਂ ਨੂੰ ਕਾਫੀ ਘਾਟਾ ਵੀ ਪਿਆ ਆ ਇਹ ਪਿਛਲੇ 2.5-3 ਸਾਲ ਦੇ ਵਿੱਚ। ਅਤੇ ਕਾਫੀ ਉਹਨਾਂ ਨੇ ਘਾਟੇ ਦੇ ਵੀ ਪ੍ਰੋਪਰਟੀਆਂ ਸੈੱਲ ਕੀਤੀਆਂ ਆ। ਬਟ ਇਹੀ ਮਤਲਬ ਇਹ ਦੋਨੇ ਕੁਆਇਨ ਦੀਆਂ ਦੋਨੇ ਸਾਈਡਾਂ ਹੁੰਦੀਆਂ ਕਿ ਜੇ ਰੀਅਲ ਸਟੇਟ ਦੇ ਵਿੱਚ ਫਾਇਦਾ ਆ ਅਤੇ ਨੁਕਸਾਨ ਵੀ ਉਨੇ ਤਰ੍ਹਾਂ ਵੱਡਾ ਹੀ ਹੁੰਦਾ ਆ। ਅਤੇ ਇਹ ਸਾਰੀਆਂ ਚੀਜ਼ਾਂ ਨੂੰ ਮੈਨੇਜ ਕਰਨ ਦੀ ਲੋੜ ਹੁੰਦੀ ਆ, ਸਹੀ ਐਡਵਾਈਸ ਲੈ ਕੇ, ਸਹੀ ਗਾਈਡ ਲੈ ਕੇ ਚੱਲਣਾ ਪੈਂਦਾ ਆ। ਬਾਕੀ ਤੁਸੀਂ ਮੇਰੇ ਨਾਲ ਕਦੇ ਵੀ ਪ੍ਰੋਪਰਟੀ ਕੋਈ ਵੀ ਸੈੱਲ ਕਰਨੀ ਆ ਨਿਊਜ਼ੀਲੈਂਡ ਦੇ ਵਿੱਚ ਜਾਂ ਕਿਤੇ ਵੀ ਹੋਰ ਕਿਤੇ ਵੀ ਐਡਵਾਈਸ ਤੁਸੀਂ ਲੈਣੀ ਚਾਹੁੰਦੇ ਹੋ ਰੀਅਲ ਸਟੇਟ ਦੇ ਰਿਲੇਟਡ, ਮੇਰੇ ਨਾਲ ਤੁਸੀਂ ਡਿਸਕਸ ਕਰ ਸਕਦੇ ਆ। ਮੇਰੀ ਬੈਕਗਰਾਊਂਡ ਰੀਅਲ ਸਟੇਟ ਦੀ ਆ, ਮੈਂ ਬਿਲਡਿੰਗ ਕੰਸਟਰਕਸ਼ਨ ਦਾ ਪਹਿਲਾਂ ਸਟੱਡੀ ਕੀਤੀ ਹੋਈ ਆ, ਅਤੇ ਆਪ ਖੁਦ ਵੀ ਪ੍ਰੋਪਰਟੀ ਇਨਵੈਸਟਰ ਦਾ ਕੰਮ ਕਰਦਾ, ਅਤੇ ਮੈਂ ਹੋਪਫੁਲੀ ਤੁਹਾਨੂੰ ਗਾਈਡ ਕਰ ਸਕਾਂ, ਸਹੀ ਰਸਤੇ 'ਤੇ ਪਾ ਸਕਾਂ। ਮਿਲਦੇ ਹਾਂ ਅਗਲੀ ਵੀਡੀਓ। ਥੈਂਕ ਯੂ।